ਹੁਸ਼ਿਆਰਪੁਰ ਤੋਂ ਪਰਵਾਈ ਨੈਸ਼ਨਲ ਹਾਈਵੇ ਦੀ ਲਗਭਗ ਇੱਕ ਦਹਾਕੇ ਤੋਂ ਖਸਤਾ ਹਾਲਤ ਕਾਰਨ ਰਾਹਗੀਰ ਅਤੇ ਸਮਾਰਕ ਦੇ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਹਨ। ਬੀਤੀ ਰਾਤ ਵੀ ਲੁਧਿਆਣਾ ਤੋਂ ਜਵਾਲਾ ਜੀ ਜੋਤ ਲੈ ਕੇ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਦਾ ਟਾਇਰ ਇੱਕ ਡੂੰਘੇ ਖੱਡੇ 'ਚ ਵੱਜਣ ਕਾਰਨ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ। ਇਸ ਤੋਂ ਇਲਾਵਾ ਸ਼ਰਧਾ ਨਾਲ ਗੱਡੀ ਵਿੱਚ ਲਿਆਂਦੀ ਜਾ ਰਹੀ ਜੋਤ ਵੀ ਬੁੱਝ ਗਈ। ਆਸ ਪਾਸ ਦੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਲਗਾਤਾਰ ਉੱਡਦੀ ਧੂੜ ਮਿੱਟੀ ਕਾਰਨ ਉਹਨਾਂ ਦੇ ਬੱਚੇ ਲਗਾਤਾਰ ਬਿਮਾਰ ਰਹਿਣ ਲੱਗੇ ਹਨ ਅਤੇ ਉਹਨਾਂ ਦੇ ਘਰਾਂ ਵਿੱਚ ਕੋਈ ਮਹਿਮਾਨ ਆਉਣ ਤੋਂ ਵੀ ਗਰੇਜ਼ ਕਰਦੇ ਹਨ ਕਿਉਂਕਿ ਹਰ ਵੇਲੇ ਉੱਡਦੀ ਮਿੱਟੀ ਧੂੜ ਕਾਰਨ ਉਹਨਾਂ ਦੇ ਘਰਾਂ ਵਿੱਚ ਹਰ ਵੇਲੇ ਧੂੜ ਮਿੱਟੀ ਵਿਛੀ ਰਹਿੰਦੀ ਹੈ। ਇਸ ਮਾਰਗ ਦੀ ਇਸ ਹਾਲਤ ਅਤੇ ਰੋਜ਼ਾਨਾ ਹੁੰਦੇ ਹਾਦਸਿਆਂ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਇਹ ਮਾਰਗ ਹੁਣ ਸ਼ਾਇਦ ਹੀ ਕਦੇ ਬਣੇਗਾ, ਪਰ ਦੂਜੇ ਪਾਸੇ ਸਵਾਲ ਹੀ ਖੜ੍ਹੇ ਹੁੰਦੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਸੜਕੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਹੈ। ਪਰ ਇਸ ਮਾਰਗ ਦੀ ਦਹਾਕੇ ਭਰ ਤੋਂ ਇਸ ਹਾਲਤ ਲਈ ਕੌਣ ਜ਼ਿੰਮੇਵਾਰ ਹੈ ਅਤੇ ਉਸ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਹੈ? ਇਸ ਤੋਂ ਇਲਾਵਾ ਇਸ ਮਾਰਗ 'ਤੇ ਰੋਜ਼ਾਨਾ ਹੁੰਦੇ ਹਾਦਸਿਆਂ ਅਤੇ ਜਾਨੀ ਮਾਲੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਇਸ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਹੈ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸ਼੍ਰੀ ਵੇਦ ਪ੍ਰਕਾਸ਼ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਲੁਧਿਆਣੇ ਤੋਂ ਆ ਰਹੇ ਹਾਂ ਜੀ। ਠੀਕ ਹੈ ਜੀ, ਕੀ ਵਾਕਿਆ ਹੋਇਆ ਜੀ? ਕੀ ਇਹ ਵਾਕਿਆ ਇਸ ਤਰ੍ਹਾਂ ਹੈ ਕਿ ਰੋਡਾਂ ਦਾ ਹਾਲ ਦੇਖ ਲਓ, ਗੌਰਮੈਂਟਾਂ ਸਾਡੇ ਕੋਲੋਂ ਟੈਕਸ ਲੈਣ ਤੋਂ ਮਿੰਟ ਮਿੰਟ ਬਾਅਦ ਭੱਜ ਕੇ ਆਉਂਦੀਆਂ, ਟੈਕਸ ਦਿਓ ਟੈਕਸ ਦਿਓ, ਲੇਕਿਨ ਰੋਡਾਂ ਦੇ ਉੱਪਰ ਆ ਦੇਖੋ ਅਸੀਂ ਮਹਾਮਾਰੀ ਦੀ ਜੋਤ ਲੈ ਕੇ ਜਾ ਰਹੇ ਹਾਂ ਅਤੇ ਉਹ ਮਾੜਾ ਖੱਡਾ ਆਇਆ, ਅਸੀਂ ਬ੍ਰੇਕ ਲਗਾਈ ਹਲਕੀ ਜੀ, ਲੇਕਿਨ ਉਹ ਖੱਡਾ ਹੀ ਇੰਨਾ ਹੈ ਕਿ ਜਿਸ ਦੇ ਨਾਲ ਜੋਤ ਸਾਡੀ ਹਿੱਲ ਗਈ ਮਹਾਮਾਰੀ ਦੀ। ਹਾਂਜੀ, ਹਾਂਜੀ ਬੁੱਧ ਗਈ ਸੀ, ਫਿਰ ਹੁਣ ਦੁਬਾਰਾ ਤੋਂ ਪ੍ਰਚੰਡ ਕੀਤੀ ਹੈ ਮਹਾਮਾਰੀ ਦੀ ਜੋਤ। ਬਾਕੀ ਇਹ ਹੈ ਵੀ ਸਰਕਾਰਾਂ ਦੇ ਮੰਦੇ ਹਾਲ ਨੇ, ਸਾਡੀਆਂ ਸਰਕਾਰਾਂ ਟੈਕਸ ਲੈਣ ਨੂੰ ਅਤੇ ਪੁਲਿਸ ਵਾਲੇ ਗੱਡੀਆਂ ਘੇਰਨ ਨੂੰ ਬਹੁਤ ਜਲਦੀ ਹੈਗੇ, ਲੇਕਿਨ ਰੋਡਾਂ ਬਾਰੇ ਪੁਲਿਸ ਵਾਲੇ ਇਹ ਨਹੀਂ ਕਹਿੰਦੇ ਕਿ ਰੋਡ ਵੀ ਸਹੀ ਕਰਾਓ ਤਾਂ ਅਸੀਂ ਗੱਡੀਆਂ ਰੋਕੀਏ। ਕੀ ਲੱਗਦਾ ਸਰਕਾਰ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ, ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਆ, ਬਹੁਤ ਵੱਡੇ ਦਾਅਵੇ ਕਰਦੇ ਨੇ, ਲੇਕਿਨ ਕੋਈ ਵੀ ਪੂਰਾ ਨਹੀਂ ਹੋ ਰਿਹਾ? ਪੂਰਾ ਨਹੀਂ ਹੋ ਰਿਹਾ ਕੋਈ। ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਕਾਰਾਂ ਸਾਡੀਆਂ ਇਹ ਕਰਦੀਆਂ ਕਿ ਜਿੱਦਾਂ ਇਹਨਾਂ ਨੇ ਜਦੋਂ ਤਾਂ ਵੋਟ ਲੈਣੀ ਹੁੰਦੀ ਗਧੇ ਨੂੰ ਬਾਪ, ਅਤੇ ਜਦੋਂ ਇਹ ਟਾਈਮ ਨਿਕਲ ਜਾਂਦਾ ਫਿਰ ਸਾਨੂੰ ਗਧਾ ਬਣਾ ਲੈਂਦੇ ਨੇ। ਕੀ ਲੱਗਦਾ ਇਹ ਨੈਚੁਰਲ ਹਾਈਵੇ ਆ? ਨੈਚੁਰਲ ਹਾਈਵੇ ਲੱਗਦਾ ਕਿਤੇ ਨਜ਼ਰ ਆਉਂਦਾ? ਨਾ ਜੀ ਨਾ, ਨੈਚੁਰਲ ਇਹ ਤਾਂ ਇੱਕ ਕਹਿੰਦੇ ਨੇ ਪਿੰਡ ਦੇ ਰੋਡ ਨਾਲੋਂ ਵੀ ਮਾੜਾ ਰੋਡ ਹੈ, ਇਹ ਤਾਂ ਸ਼ਹਿਰ ਦੇ ਰੋਡਾਂ ਨਾਲੋਂ ਵੀ ਮਾੜਾ। ਕੀ ਕਰਦੇ ਹੋ, ਕੀ ਅਪੀਲ ਕਰਦੇ ਹੋ? ਅਸੀਂ ਤਾਂ ਇਹ ਅਪੀਲ ਕਰਨੇ ਆ ਵੀ ਰੋਡ ਹੋਣੇ ਚਾਹੀਦੇ ਹਾਈਵੇ 'ਤੇ, ਜੇ ਟੈਕਸ ਲੈ ਰਹੇ ਹੋ ਗੱਡੀਆਂ ਦੇ ਜਾਂ ਪੁਲਿਸ ਘੇਰ ਰਹੀ ਹੈ ਤਾਂ ਇਹਨਾਂ ਰੋਡਾਂ ਨੂੰ ਤਾਂ ਓਕੇ ਕਰੋ, ਰੋਡ ਓਕੇ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਕਿ ਪਬਲਿਕ ਦੇ ਪਬਲਿਕ ਸਿਟੀ ਨੂੰ ਆਰਾਮ ਹੋਵੇ, ਨਾ ਹੋਵੇ ਪਬਲਿਕ, ਕੋਈ ਪਰੇਸ਼ਾਨੀ ਨਾ ਆਵੇ। ਸੱਟ ਚੋਟ ਤਾਂ ਲੱਗੀ ਜੀ? ਨਹੀਂ ਜੀ, ਸੱਟ ਚੋਟ ਤੋਂ ਬਚ ਗਏ ਜੀ। ਓਏ ਇੱਕ ਮਿੰਟ, ਇਹ ਹੈ ਕਿ ਚਲੋ ਉਹ ਮਹਾਮਾਰੀ ਦੀ ਕਿਰਪਾ ਹੋ ਗਈ ਹੈ, ਮਹਾਰਾਣੀ ਨੇ ਸਾਨੂੰ ਰੱਖ ਲਿਆ, ਲੇਕਿਨ ਆਹ ਜਿਹੜਾ ਰੋਡ ਦੇ ਹਾਲਾਤ ਨੇ ਦੇਖ ਲਓ ਕਿ ਇਹ ਰੋਡ ਨਹੀਂ ਕਹਿੰਦੇ ਵੀ ਇਹੋ ਜਿਹੇ ਰੋਡਾਂ 'ਤੇ ਗੱਡੀਆਂ ਦੇ ਟੈਕਸ ਦਿੱਤੇ ਜਾਣ, ਨਹੀਂ ਦਿੱਤੇ ਜਾਣੇ ਚਾਹੀਦੇ। ਤੁਹਾਡਾ ਕੀ ਨਾਮ ਭੈਣ ਜੀ? ਸੁਮਿਤਰੀ ਦੇਵੀ। ਕਿੱਥੇ ਦੇ ਰਹਿਣਾ? ਇੱਥੇ ਕੋਲ ਰਹਿੰਦੇ ਸੜਕ ਦੇ, ਸਾਡੇ ਨਾਲ ਹੀ ਘਰ। ਦਿੱਕਤ ਕੀ ਆ? ਸੜਕਾਂ ਟੁੱਟੀਆਂ ਆ, ਅਗਰ ਸੜਕ ਟੁੱਟੀਆਂ ਤਾਂ ਉੱਪਰ ਦੀ ਗੱਡੀ ਨਹੀਂ ਲੰਘਾਉਂਦੇ, ਸਾਡੇ ਬੂਹੇ ਵੱਲ ਨੂੰ ਗੱਡੀਆਂ ਲੈ ਕੇ ਆਉਂਦੇ ਆ, ਅਸੀਂ ਤਾਂ ਬਾਹਰ ਖੜ੍ਹੇ ਨਹੀਂ ਹੋ ਸਕਦੇ, ਅਸੀਂ ਹਾਰ ਕੇ ਆ ਬੱਟੇ ਰੱਖੇ ਦੋ, ਗੱਡੀਆਂ ਲੈ ਕੇ ਸਾਡੇ ਕੋਲ ਹੀ ਆਉਂਦੇ ਆ, ਜਿੱਦਾਂ ਜਿੱਦਾਂ ਸੜਕ ਟੁੱਟੀ ਆ ਉੱਧਰ ਉਹ ਲੰਘਦੇ ਨਹੀਂ ਹੈਗੇ, ਇੰਨਾ ਸਾਡਾ ਬੁਰਾ ਹਾਲ ਆ। ਬਰਸਾਤ ਆ ਜਾਣੀ ਹਰ ਸਾਲ, ਖੱਡਿਆਂ 'ਚ ਪਾਣੀ, ਖੱਡਿਆਂ 'ਚ ਪਾਣੀ ਭਰਨਾ, ਗੱਡੀਆਂ ਵਾਲੇ ਸਾਡੇ ਬੂਹਿਆਂ ਵੱਲ ਨੂੰ ਆਉਂਦੇ ਆ, ਖੱਡਿਆਂ 'ਚ ਲੰਘਦੇ ਨਹੀਂ ਉਹ, ਇੰਨਾ ਸਾਨੂੰ ਡਰ ਹੈਗਾ, ਆਪਣਾ ਸਾਨੂੰ ਡਰ ਹੈਗਾ, ਅਸੀਂ ਤਾਂ ਬਾਹਰ ਬੱਚੇ ਲੈ ਖੜੇ ਨਹੀਂ ਹੋ ਸਕਦੇ, ਉਹਦੇ ਜਦੋਂ ਵੋਟਾਂ ਲੈਣੀਆਂ ਉਹਦੇ ਹੱਥ ਜੋੜਦੇ, ਬੀਬੀ ਜੀ ਖਿਆਲ ਰੱਖਿਓ, ਬੀਬੀ ਜੀ ਖਿਆਲ ਰੱਖਿਓ, ਹੁਣ ਬੀਬੀ ਜੀ ਨਾਨਕੇ ਪੁੱਛਦੇ ਵੀ ਨਹੀਂ, ਉਹ ਮਿੱਟੀ ਕੱਟਾ ਇੰਨਾ ਉੜਦਾ। ਪਤਾ ਲੱਗਾ ਵੀ ਇੱਕ ਦੋ ਮੰਤਰੀ ਸਾਹਿਬ ਕੋਲ, ਮਹਿਕਮੇ ਕੋਲ ਗਏ ਆ, ਕੀ ਸਾਦੇ ਹੁਣ ਬੈਂਪਾ ਸਾਦੇ ਕੀ ਸਾਦੇ, ਮੈਨੂੰ ਨਾਮ ਹੀ ਨਹੀਂ ਪਤਾ ਉਹਦਾ, ਉਹਦੇ ਸ਼ੰਕਰ ਜਿੰਪਾ ਜੀ ਉਹਦੇ ਗਏ ਆ ਕੋਲ, ਮੰਤਰੀ ਸਾਹਿਬ ਕੋਲ ਗਏ ਸੀ, ਗਏ ਸੀਗੇ, ਇੱਥੇ ਇਕੱਠੇ ਹੋ ਗਏ ਸਾਰੇ ਮੁੰਡੇ, ਅੱਗੇ ਕੋਈ ਨਹੀਂ ਹਫ਼ਤੇ ਦਾ ਕੰਮ ਹੋ ਜੂ ਤੁਹਾਡਾ, ਹਫ਼ਤੇ ਦਾ ਕੰਮ ਹੋ ਜੂ, ਆ ਦੋ ਤਿੰਨ ਮਹੀਨੇ ਹੋ ਗਏ, ਕੋਈ ਮਹਿਕਮੇ ਵਾਲਿਆਂ ਕੋਲ ਵੀ ਕਈ ਵਾਰੀ ਗੇੜੇ ਲਾਏ, ਗਏ ਆ ਕਈ, ਕਿੰਨੀ ਵਾਰੀ ਗਏ ਆ, ਕਿਸੇ ਨੇ ਸਾਨੂੰ ਪੁੱਛਿਆ ਨਹੀਂ ਆਣ ਕੇ, ਮਿੱਟੀ ਘੱਟਾ ਸਾਡੀਆਂ ਚੀਜ਼ਾਂ ਦੇ ਪੈਂਦਾ, ਅਸੀਂ ਬਾਹਰ ਰੋਟੀ ਤੱਕ ਨਹੀਂ ਖਾਂਦੇ। ਲੱਗਦਾ ਮਹਿਕਮੇ ਨੂੰ, ਅਫਸਰਾਂ ਨੂੰ, ਸਰਕਾਰਾਂ ਨੂੰ ਲੱਗਦਾ ਨਹੀਂ ਵੀ ਕੋਈ ਫਿਕਰ ਹੀ ਹੈ? ਕੋਈ ਫਿਕਰ ਨਹੀਂ ਕਿਸੇ ਨੂੰ, ਕੋਈ ਸਭ ਕੰਨਾਂ ਵਿੱਚ ਨਾ ਉਂਗਲੀ ਦੇ ਕੇ ਇੱਦਾਂ ਬੈਠੇ ਹੋ ਆ, ਮੈਂ ਤਾਂ ਕਹਿੰਦੀ ਇੱਥੇ ਆਉਣ ਤਾਂ ਮੈਂ ਉਹਨਾਂ ਨੂੰ ਦਿਖਾਲਾ ਆਪਣਾ ਘਰ। ਰੋਜ਼ ਦੇ ਕਿੰਨੇ ਕੁ ਐਕਸੀਡੈਂਟ ਹੋ ਜਾਂਦੇ? ਬਹੁਤ, ਆ ਵਿਚਾਰੇ ਨਿਆਣੇ ਲੈ ਕੇ ਤੀਵੀਆਂ ਸਕੂਟਰਾਂ ਦੇ ਉੱਪਰੋਂ ਡਿੱਗਦੀਆਂ, ਮੋਟਰਸਾਈਕਲਾਂ ਦੇ ਉੱਪਰੋਂ ਡਿੱਗਦੀਆਂ, ਇੱਥੇ ਅਸੀਂ ਉਹਨਾਂ ਨੂੰ ਫੜੀਦਾ ਚੱਕੀ ਦਾ, ਦੱਸਦੇ ਵੀ ਰੋਜ਼ 10-12 ਬੰਦੇ ਹਨਾ ਡਿੱਗਦੇ ਆ, ਅਸੀਂ ਨਹੀਂ ਖੜ੍ਹੇ ਹੋ ਸਕਦੇ ਬਾਹਰ, ਇੰਨਾ ਹਾਲਤ ਖਰਾਬ ਹੈ ਸੜਕ ਦੀ, ਅਸੀਂ ਨਹੀਂ ਖੜ੍ਹੇ ਹੋ ਸਕਦੇ, 2-3 ਸਾਲ ਹੋ ਗਏ ਧੱਕੇ ਖਾਂਦੇ ਨੂੰ ਸਾਨੂੰ ਇੱਥੇ ਇੱਦਾਂ ਹੀ।
ਤਕਰੀਬਨ ਲੱਗਦਾ ਵੀ 7 ਸਾਲ ਤਾਂ ਹੋ ਗਏ ਰੋਡ ਖਰਾਬ ਨੂੰ ਹੋ ਗਏ ਹੋਣੇ ਆ ਪੱਕਾ ਹੋ ਗਏ ਹੋਣੇ ਆ ਠੀਕ ਹੁਣ ਇੰਨਾ ਹਾਲ ਆ ਜੋਤ ਲੈ ਕੇ ਚੱਲੇ ਵਿਚਾਰੇ ਉਹ ਖੱਡੇ ਦੇ ਵਿੱਚ ਵੱਜੇ ਨੇ ਜੋਤ ਡਿੱਗ ਪਈ ਕਿੰਨਾ ਦੁੱਖ ਲੱਗਾ ਮਾਤਾ ਦੀ ਜੋਤ ਲੈ ਕੇ ਉਹ ਚੱਲੇ ਸਕਲੇ ਉਹਨਾਂ ਦੀ ਜੋਤ ਡਿੱਗ ਪਈ ਹੈਂ ਉਹ ਵਿਚਾਰੇ ਮਾਫ਼ੀ ਮੰਗਦੇ ਰੋਂਦੇ ਆ ਖੱਡਿਆਂ ਦੇ ਕਾਰਨ ਉਹਨਾਂ ਦੀ ਜੋਤ ਡਿੱਗ ਪਈ ਹੈਂ ਕਿੰਨਾ ਉਹਨਾਂ ਦਾ ਵਿਚਾਰਿਆਂ ਦਾ ਹੋਇਆ ਇੱਥੇ ਜਿਹੜਾ ਵੀ ਕੋਈ ਲੰਘਦਾ ਨਿਆਣਾ ਬੱਚਾ ਲੈ ਕੇ ਐਕਟਿਵਾ ਦੇ ਉੱਪਰ ਡਿੱਗ ਜਾਂਦੇ ਆ ਹੈਂ ਕੋਈ ਨਹੀਂ ਸੁਣਦਾ ਮੰਤਰੀ ਮੁੰਤਰੀ ਕੋਈ ਨਹੀਂ ਸੁਣਦਾ ਸਾਡੀ ਸੜਕ ਬਣ ਜਾਏ ਰੋਡ ਪੱਧਰਾ ਹੋ ਜਾਵੇ ਬਣ ਜਾਏ ਸਾਨੂੰ ਹੋਰ ਕੋਈ ਮੰਗ ਨਹੀਂ ਹੈਗੀ ਸੜਕ ਬਣਾ ਦੇਣ ਆਣਗੇ ਬਸ ਮਿੱਟੀ ਘੱਟਾ ਇੰਨਾ ਸਾਡੇ ਅੰਦਰਾਂ ਜਾਂਦਾ ਹੈਂ ਇੰਨਾ ਸਾਡਾ ਬੁਰਾ ਹਾਲ ਅਸੀਂ ਰੋਟੀ ਨਹੀਂ ਖਾ ਸਕਦੇ ਸਾਡੇ ਕੋਲ ਪ੍ਰਾਹੁਣਾ ਨਹੀਂ ਰਹਿੰਦਾ ਆਣ ਕੇ ਕਹਿੰਦੇ ਤੁਹਾਡੀ ਮਿੱਟੀ ਖਾਣੀ ਇੱਥੇ ਆਣ ਕੇ ਅਸੀਂ ਜਦੋਂ ਵੋਟਾਂ ਲੈਣੀਆਂ ਅੱਛਾ ਬੀਬੀ ਜੀ ਅੱਛਾ ਬਾਬਾ ਜੀ ਖਿਆਲ ਰੱਖਣਾ ਸਾਡਾ ਢੱਡ ਦਾ ਖਿਆਲ ਰੱਖਦੇ ਤੁਸੀਂ ਸਾਡਾ ਰੱਖਦੇ ਖਿਆਲ ਇੱਥੇ ਮੇਰੇ ਕੋਲ ਆਉਣ ਤਾਂ ਮੈਂ ਉਹਨਾਂ ਨੂੰ ਦਿਖਾਲਾ ਆਪਣੀ ਹਾਲਤ ਮੈਂ ਤਾਂ ਇੰਨਾ ਗੁੱਸਾ ਮੇਰੇ ਕੋਲ ਤਾਂ ਆਉਣ ਇੱਕ ਵਾਰੀ ਗੱਡੀਆਂ 'ਚ ਬਹਿ ਕੇ ਆਉਂਦੇ ਆ ਦੇਖ ਕੇ ਚੱਲ ਜਾਂਦੇ ਆ ਕੋਈ ਨਹੀਂ ਸੁਣਦਾ ਕੀ ਨਾਮ ਭਾਜੀ ਆਪਣਾ ਮੇਰਾ ਨਾਮ ਕਪਲ ਦੇਵ ਆ ਭਾਜੀ ਕਪਲ ਦੇਵ ਜੀ ਕਿੱਥੇ ਰਹਿਣ ਵਾਲੇ ਆ ਬੰਜਰ ਬਾਗ ਭਾਈ ਚਿੰਤਪੁਰਨੀ ਰੋਡ ਜੋਤ ਸ਼ਾਂਤ ਹੋ ਗਈ ਭਾਜੀ ਤੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਿਆ ਭਾਜੀ ਤੇ ਇਸ ਕਰਕੇ ਭਾਜੀ ਇਹਦਾ ਕੁਝ ਸੋਚਿਆ ਤਕਰੀਬਨ 10 ਸਾਲ ਹੋ ਚੱਲੇ ਰੋਡ ਦੀ ਸਾਲ ਨੂੰ ਕੀ ਹੋਰ ਮੁਸ਼ਕਲਾਂ ਕੀ ਆਉਂਦੀਆਂ ਤੁਹਾਡਾ ਘਰ ਵੀ ਨਾਲ ਹੀ ਆ ਘਰ ਭਾਜੀ ਸਾਡਾ ਰੋਡ ਤੇ ਆ ਜੀ ਕੀ ਮੁਸ਼ਕਲਾਂ ਆਉਂਦੀਆਂ ਮੁਸ਼ਕਲਾਂ ਭਾਜੀ ਮਿੱਟੀ ਉੱਡਦੀ ਆ ਕੱਪੜੇ ਧੋਤੇ ਸਾਡੇ ਬੰਦੇ ਹੋ ਜਾਂਦੇ ਆ ਨਿਆਣੇ ਬਿਮਾਰ ਆ ਭਾਜੀ ਠੀਕ ਆ ਜੀ ਫਿਰ ਨਿਆਣਿਆਂ ਨੂੰ ਕੀ ਦਿੱਕਤ ਆ ਰਹੀ ਨਿਆਣਿਆਂ ਨੂੰ ਖੰਘ ਭਾਜੀ ਖੰਘ ਨਾਲ ਬੁਰਾ ਹਾਲ ਹੋ ਜਾਂਦਾ ਭਾਜੀ ਖੰਘ ਖਾਂ ਕੇ ਰਾਤ ਨੂੰ ਸਾਰੇ ਨਿਆਣੇ ਸੁਣਦੇ ਨੇ ਆਪਣਾ ਬੁਰਾ ਹਾਲ ਹੋ ਜਾਂਦਾ ਭਾਜੀ ਤੇ ਨੰਬਰ 2 ਫਿਰ ਭਾਜੀ ਰੋਡ 'ਤੇ ਗੱਡੀਆਂ ਇੱਧਰ ਨੂੰ ਸਾਡੇ ਘਰਾਂ ਨੂੰ ਆਉਂਦੀਆਂ ਭਾਜੀ ਨਿਆਣੇ ਰੋਡ 'ਤੇ ਖੇਡਦੇ ਹੁੰਦੇ ਆ ਭਾਜੀ ਕੱਲ੍ਹ ਰੱਬ ਨਾ ਕਰੇ 19 21 ਹੋ ਜਾਵੇ ਫਿਰ ਅਸੀਂ ਕੀ ਕਰਾਂਗੇ ਭਾਜੀ ਇਹਦਾ ਕੁਛ ਸੋਚਿਆ ਜਾਵੇ ਭਾਜੀ